ਕੰਮ ਕਿਵੇਂ ਆ, ਮਿਹਨਤ ਕਿਵੇਂ ਆ, ਹੈ ਨਾ, ਪੈਸਾ ਕਿੰਨਾ ਕੁ ਬਣਦਾ ਤੁਹਾਨੂੰ, ਕਿਵੇਂ ਥੋੜ੍ਹਾ ਮਤਲਬ ਸਾਰੇ ਖਰਚੇ ਹੋ ਜਾਂਦੇ ਨੇ, ਟੈਨਸ਼ਨ ਆਪਾਂ ਕਹਿੰਦੇ ਹਾਂ। ਜੋ ਲੋਕ ਅਭੀ ਨਏ ਹੈ ਇੰਡੀਆ ਸੇ ਦੇਖ ਰਹੇ ਹੈ ਤਾਂ ਉਨਕੇ ਲਈ ਆਪਕਾ ਕਿਆ ਇੱਕ ਮੈਸੇਜ ਹੈ? ਜਿਵੇਂ ਜਿਹੜੇ ਮਾਲਕ ਨੇ ਅੰਦਰ ਭਾਂਡੇ ਧਵਾਏ ਹੁੰਦੇ ਨੇ ਉਹ ਨਹੀਂ ਨਾ ਦੇਖਦੇ ਕਿਸੇ ਨੂੰ, ਅੰਦਰ ਅੰਦਰ ਤਾਂ ਵੀਡੀਓ ਜਾਂਦੀ ਨਹੀਂ ਹੈਗੀ। ਸਟਰਗਲ ਕਰਨ ਦਾ ਮੁੱਲ ਤਾਂ ਪੈਂਦਾ ਹੀ ਹੈ, ਹੁਣ ਇੱਥੇ ਆਏ ਆ ਆਪਾਂ, ਐਡਾ ਵਧੀਆ ਰਹਿ ਰਹੇ, ਠੀਕ ਹੈ, ਤੇ ਘੁੰਮਣ ਫਿਰਨ ਤੇ ਜ਼ੋਰ ਕੰਮ ਨਹੀਂ ਸੀ ਕੀਤਾ, ਇੱਥੇ ਆ ਕੇ ਕੰਮ ਕਰਨਾ ਪੈਂਦਾ, ਕੰਮ ਕਰਨਾ ਪੈਂਦਾ। 365 ਦਿਨ ਚੋਂ 364 ਦਿਨ ਮੈਂ ਨਾਈਟ ਸ਼ਿਫਟ ਲਾਈ ਹੋਈ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਆ। ਜਿਹੜੀ ਅੱਜ ਦੀ ਆਪਣੀ ਵੀਡੀਓ ਹੋਊਗੀ ਇਹਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਵਟ ਇੰਡੀਅਨਸ ਥਿੰਕ ਅਬਾਊਟ ਆਸਟ੍ਰੇਲੀਆ, ਠੀਕ ਹੈ ਨਾ, ਮਤਲਬ ਕਿ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਕਿਹੜੀਆਂ ਮਾੜੀਆਂ ਲੱਗਦੀਆਂ ਨੇ, ਠੀਕ ਹੈ ਨਾ। ਜਿਵੇਂ ਹੁਣ ਇੰਡੀਆ ਤੋਂ ਬੰਦਾ ਕੋਈ ਆਪਾਂ ਆਉਂਦੇ ਹਾਂ ਨਵੇਂ, ਉਹ ਚੀਜ਼ਾਂ ਆਪਾਂ ਨੂੰ ਨਹੀਂ ਪਤਾ ਹੁੰਦੀਆਂ, ਆਪਾਂ ਇੱਥੇ ਆ ਕੇ ਰਿਲਾਈਜ਼ ਕਰਦੇ ਹਾਂ ਵੀ ਹਾਂ ਯਾਰ ਆਪਾਂ ਐਕਸਪੈਕਟ ਕੁਛ ਹੋਰ ਕਰਦੇ ਹਾਂ, ਬਟ ਆਪਾਂ ਨੂੰ ਦੇਖਣ ਨੂੰ ਕੁਛ ਹੋਰ ਮਿਲਦੀਆਂ, ਠੀਕ ਹੈ ਨਾ। ਵੀ ਜਿਹੜੇ ਇੰਡੀਆ ਦੇ ਲੋਕ ਨੇ ਆਪਣੇ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ, ਸਿਡਨੀ ਵਿੱਚ, ਖਾਸ ਕਰਕੇ ਹੈਰਿਸ ਪਾਰਕ ਵਿੱਚ, ਉਹਨਾਂ ਦੇ ਹਿਸਟਰੀ ਬਾਰੇ ਕੀ ਪੁਆਇੰਟ ਆਫ ਵਿਊ ਆ, ਮਤਲਬ ਉਹ ਕਿਵੇਂ ਦੇਖਦੇ ਨੇ, ਉਹਨਾਂ ਨੂੰ ਕੀ ਚੀਜ਼ ਵਧੀਆ ਲੱਗੀ, ਕੀ ਉਹਨਾਂ ਨੂੰ ਮਤਲਬ ਫਰਕ ਲੱਗਾ, ਕੰਮ ਕਿਵੇਂ ਆ, ਮਿਹਨਤ ਕਿਵੇਂ ਆ, ਹੈ ਨਾ, ਪੈਸਾ ਕਿੰਨਾ ਕੁ ਬਣਦਾ ਤੁਹਾਨੂੰ, ਕਿਵੇਂ ਥੋੜ੍ਹਾ ਮਤਲਬ ਸਾਰੇ ਖਰਚੇ ਹੋ ਜਾਂਦੇ ਨੇ, ਟੈਨਸ਼ਨ ਆਪਾਂ ਕਹਿੰਦੇ ਹਾਂ ਕਿ ਆਸਟ੍ਰੇਲੀਆ ਵਿੱਚ ਸਟ੍ਰੈਸ ਹੈਗਾ ਵਾ, ਕੀ ਉਹ ਵਰਥ ਆ ਸਟ੍ਰੈਸ ਲੈਣਾ, ਕੀ ਤੁਹਾਡੇ ਲਈ ਆਸਟ੍ਰੇਲੀਆ ਵਿੱਚ ਆਉਣਾ ਸਹੀ ਆ, ਉਹ ਸਾਰੀਆਂ ਗੱਲਾਂ ਦਾ ਜਵਾਬ ਆਪਾਂ ਨੂੰ ਅੱਜ ਮਤਲਬ ਇੰਟਰਵਿਊ ਟਾਈਪ ਜਿਹੜ੾ੇ ਆਪਾਂ ਕੁਸ਼ਚਨ ਕਰਨੇ ਲੋਕਾਂ ਨੂੰ, ਉਹਦੇ ਵਿੱਚ ਮਿਲ ਜੂਗਾ। ਸੋ ਵਿਦਆਊਟ ਵੇਸਟਿੰਗ ਟਾਈਮ ਦਾ ਸਟਾਰਟ ਦੀ ਵੀ। ਹਾਂਜੀ, ਜਸਟ ਮਤਲਬ ਇਹ ਕੁਸ਼ਚਨ ਹੈ ਕਿ ਆਪਕੋ ਆਸਟ੍ਰੇਲੀਆ ਮੇਂ ਔਰ ਇੰਡੀਆ ਮੇਂ ਮਤਲਬ ਕਿਆ ਡਿਫਰੈਂਸ ਲੱਗਾ, ਗੁੱਡ ਐਂਡ ਬੈਡ ਥਿੰਗਸ? ਗੁੱਡ ਐਂਡ ਬੈਡ, ਯਹਾਂ ਪੇ ਲੋਕ ਬਹੁਤ ਜ਼ਿਆਦਾ ਹੈਲਪਫੁਲ ਹੈ, ਠੀਕ ਹੈ, ਔਰ ਇੰਡੀਆ ਮੇਂ ਆਪ ਦੋ ਬਾਤ ਪੁੱਛੋਗੇ ਉਸਕੇ ਬਾਅਦ ਇਰੀਟੇਟ ਹੋ ਜਾਏਂਗੇ, ਠੀਕ ਹੈ, ਔਰ ਯਹਾਂ ਪੇ ਸਭ ਕੁਛ ਵੈਰੀ ਕਨਵੀਨੀਅੰਟ ਹੈ ਜੋ ਕਿ ਇੰਡੀਆ ਮੇਂ ਨਹੀਂ ਹੈ। ਆਪਕੋ ਇੱਕ ਜਗ੍ਹਾ ਜਾ ਕੇ ਬਹੁਤ ਕੁਛ ਯੂ ਨੋ ਫੇਸ ਕਰਨਾ ਪੜਤਾ ਹੈ, ਇਸ਼ੂਜ਼ ਯੇ ਵੋ ਯੇ ਵੋ, ਯਹਾਂ ਪੇ ਸਭ ਈਜ਼ੀ ਹੈ ਵਿਦ ਫਾਰਮੈਟ ਵਾਈਜ਼, ਹਾਂਜੀ, ਐਂਡ ਲਿਵਿੰਗ ਇਜ਼ ਵੈਰੀ ਗੁੱਡ ਹੇਅਰ, ਠੀਕ ਹੈ। ਹਾਂਜੀ, ਜੋ ਸਟ੍ਰੈਸ ਦੀ ਬਾਤ ਹੁੰਦੀ ਹੈ ਨਾ ਕਿ ਇਸਦਾ ਸਟ੍ਰੈਸ ਬਹੁਤ ਹੈ, ਥੋੜ੍ਹਾ ਸਾ ਹੈ ਆਸਟ੍ਰੇਲੀਆ ਮੇਂ, ਜੈਸੇ ਕਭੀ ਕਭੀ ਲੱਗਤਾ ਹੈ ਜੋ ਟੈਨਸ਼ਨਸ ਹੋਤੀ ਹੈ ਨਾ, ਤੋ ਆਪਕੋ ਕਿਆ ਲੱਗਾ ਕਿ ਵੋ ਮਤਲਬ ਨੋਰਮਲ ਹੈ ਕਿ ਮਤਲਬ ਜ਼ਿੰਦਗੀ ਕੇ ਲਈ ਹਮੇਂ ਚਾਹੀਏ ਵੋ, ਕਿ ਮਤਲਬ ਜ਼ਿਆਦਾ ਹੈ ਆਸਟ੍ਰੇਲੀਆ ਮੇਂ ਹਮੇਂ ਦੇਤਾ ਹੈ ਜੋ ਜੋਬਸ ਕੀ ਕਾਮ ਕੀਤੀ ਹੈ? ਕੀਪ ਗੋਇੰਗ ਰੱਖਤਾ ਹੈ, ਇਟਸ ਨਾਟ ਲਾਈਕ ਹਮ ਲੋਕ ਸਟੇਬਲ ਹੋ ਜਾਤੇ ਇੱਕ ਜਗ੍ਹਾ ਚਲਤੇ ਰਹਤੇ, ਹਾਂ, ਸੋ ਵੇਰੀਏਸ਼ਨਸ ਹੈ ਜੋ ਕਿ ਇੰਡੀਆ ਮੇਂ ਆਪਕੋ ਕਿਆ ਹੋਤਾ ਹੈ ਫਿਕਸਡ ਹੋਤਾ ਹੈ, ਆਫਟਰ ਅ ਟਾਈਮ ਯੂ ਆਰ ਜਸਟ ਲੇਟ ਬੈਕ, ਜੋ ਕਿ ਯਹਾਂ ਪੇ ਨਹੀਂ ਹੈ, ਯੂ ਆਰ ਜਸਟ ਕੀਪ ਪੁਸ਼ਿੰਗ ਯੋਰ ਸੈਲਫ, ਦੈਟਸ ਅ ਥਿੰਗ। ਤੋ ਜੋ ਲੋਕ ਅਭੀ ਨਏ ਹੈ ਇੰਡੀਆ ਸੇ ਦੇਖ ਰਹੇ ਹੈ ਤਾਂ ਉਨਕੇ ਲਈ ਆਪਕਾ ਕਿਆ ਇੱਕ ਮੈਸੇਜ ਹੈ ਕੈਮਰੇ ਮੇਂ, ਆਪ ਕਿਆ ਕਹਿਣਾ ਚਾਹੋਗੇ ਉਨਕੇ ਲਈ? ਕਿਉਂਕਿ ਉਨਕੋ ਨਹੀਂ ਪਤਾ ਆਸਟ੍ਰੇਲੀਆ ਮੇਂ ਲਾਈਫ ਕੈਸੀ ਹੈ, ਵੋ ਜਸਟ ਮਤਲਬ ਨੋਰਮਲ ਆਪਣਾ ਰਹਿ ਰਹੇ ਹੈ, ਚਿਲ ਕਰ ਰਹੇ ਹੈ, ਆਤੇ ਹੈ ਯਹਾਂ ਪਰ ਜੈਸਾ ਸੋਚਤੇ ਹੈ ਵੈਸੀ ਲਾਈਫ ਹੋਤੀ ਨਹੀਂ ਹੈ ਆਸਟ੍ਰੇਲੀਆ ਮੇਂ। ਤੋ ਆਸਟ੍ਰੇਲੀਆ ਮੇਂ ਆ ਕੇ ਆਪਕੋ ਬਹੁਤ ਅੱਛਾ ਲਾਈਕ ਵਿਊਜ਼ ਬੋਲੋ, ਲਿਵਿੰਗ ਬੋਲੋ, ਬਹੁਤ ਅੱਛਾ ਮਿਲੇਗਾ। ਸਟੱਡੀਜ਼ ਵਾਈਜ਼ ਇਟਸ ਵੈਰੀ ਗੁੱਡ, ਯੂ ਹੈਵ ਵੈਰੀ ਲਾਈਕ ਯੂ ਨੋ ਯੂ ਹੈਵ ਕਰੀਅਰ ਆਪਸ਼ਨਸ ਮੋਰ। ਇੰਡੀਆ ਤੋਂ ਭਾਰਤ ਹੈ ਐਂਡ ਹਮ ਭਾਰਤ ਸੇ ਹੈ, ਸੋ ਭਾਰਤ ਕੋ ਵੀ ਨੀਚੇ ਨਹੀਂ ਕਰ ਸਕਤੇ ਹੈ, ਸੋ ਬੋਥ ਦਾ ਕੰਟਰੀਜ਼ ਆਰ ਗੁੱਡ ਇਨ ਮਾਈ ਆਈਜ਼। ਓਕੇ, ਥੈਂਕ ਯੂ ਸੋ ਮਚ, ਬਹੁਤ ਅੱਛਾ ਲੱਗਾ ਆਪਕੋ ਬਾਤ, ਥੈਂਕ ਯੂ ਸੋ ਮਚ। ਹਾਂਜੀ, ਕੀ ਹਾਲ ਹੈ ਵੀਰੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮਤਲਬ ਤੁਸੀਂ ਆਸਟ੍ਰੇਲੀਆ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ, ਕਦੋਂ ਕਿਤੇ ਮਤਲਬ ਆਏ ਹੋ, ਕਿਹੜੇ ਸਾਲ? ਮੈਨੂੰ ਤਾਂ 6 ਸਾਲ ਹੋ ਗਏ। 6 ਸਾਲ, ਓਕੇ। ਤੁਹਾਨੂੰ ਵੀਰੇ? 3 ਸਾਲ। 3 ਸਾਲ, ਓਕੇ। ਤੁਹਾਨੂੰ ਮਤਲਬ ਕਿਹੜੀ ਚੀਜ਼ ਦਾ ਫਰਕ ਲੱਗਾ, ਲਾਈਕ ਡਿਸਲਾਈਕ, ਜਿਵੇਂ ਕਿ ਤੁਸੀਂ ਮਤਲਬ ਹੁਣ ਆਏ 6 ਸਾਲਾਂ 'ਚ ਨਾ, ਤੁਸੀਂ 3 ਸਾਲਾਂ 'ਚ ਮਤਲਬ ਕੀ ਵਧੀਆ ਲੱਗਾ ਤੁਹਾਨੂੰ, ਕਿਹੜੀ ਚੀਜ਼ ਲੱਗੀ ਡਾਊਨ? ਆਸਟ੍ਰੇਲੀਆ ਦੱਸੀਏ ਕਿ ਹੈਰਿਸ ਪਾਕ ਦੱਸੀਏ ਇਕੱਲਾ? ਨਹੀਂ, ਸਾਰਾ ਹੀ ਦੱਸੋ, ਸਾਰਾ ਦੱਸੋ ਵੀ ਜਿਵੇਂ ਇੱਥੇ ਕੰਮ ਕਾਰ, ਸਟ੍ਰੈਸ, ਹੈ ਨਾ, ਲਾਈਫ ਦਾ ਟੈਨਸ਼ਨ ਆ, ਇੱਦਾਂ ਜ਼ਿੰਦਗੀ ਦਾ ਨਾ, ਉਹ ਚੀਜ਼ਾਂ? ਜੇ ਜੀ ਡਾਲਰ ਇਕੱਲੇ ਕਮਾਉਣੇ ਆ, ਠੀਕ ਆ, ਫਿਰ ਤਾਂ ਆਸਟ੍ਰੇਲੀਆ ਠੀਕ ਆ। ਸਹੀ ਆ, ਜੇ ਕਹਿਣਾ ਵੀ ਦਿਮਾਗ 'ਤੇ ਬੋਝ ਨਹੀਂ ਰੱਖਣਾ, ਫਿਰ ਇੰਡੀਆ ਚੱਲ ਜਾਓ, ਫਿਰ ਇੰਡੀਆ ਚੱਲ ਜਾਓ, ਠੀਕ ਆ। ਪਰ ਆਸਟ੍ਰੇਲੀਆ ਆ ਸਟ੍ਰੈਸ ਆ, ਸਟ੍ਰੈਸ ਆ, ਇੰਡੀਆ ਆ ਪੈਸਾ ਘੱਟ ਹੋ ਸਕਦਾ ਪਰ ਚਿੰਤਾ ਨਹੀਂ ਹੈਗੀ, ਚਿੰਤਾ ਨਹੀਂ ਹੈਗੀ। ਹੁਣ ਜੇ ਆਪਾਂ ਇਹ ਚੀਜ਼ ਪੁੱਛਦੇ ਇੰਡੀਆ ਵਾਲਿਆਂ ਨੂੰ, ਉਹ ਕਹਿੰਦੇ ਆ ਵੀ ਤੁਸੀਂ ਵਧੀਆ ਇੱਥੇ ਸੈੱਟ ਹੋ ਗਏ, ਠੀਕ ਆ, ਬਟ ਹੁਣ ਜਿਹੜੀ ਅੰਦਰਲੀ ਗੱਲ ਆ ਉਹ ਜਿਹੜਾ ਬੰਦਾ ਰਹਿੰਦਾ ਹੈ ਨਾ ਉਹਨੂੰ ਹੀ ਪਤਾ ਹੈ ਨਾ, ਜਿਵੇਂ ਜਿਹੜੇ ਮਾਲਕ ਨੇ ਅੰਦਰ ਭਾਂਡੇ ਧਵਾਏ ਹੁੰਦੇ ਨੇ ਉਹ ਨਹੀਂ ਨਾ ਦੇਖਦੇ ਕਿਸੇ ਨੂੰ, ਅੰਦਰ ਅੰਦਰ ਤੱਕ ਵੀਡੀਓ ਜਾਂਦੀ ਨਹੀਂ ਹੈਗੀ। ਤੁਸੀਂ ਇਹ ਚੀਜ਼ ਕਰਦੇ ਹੋ ਵੀ ਲੈਟਸ ਕਿ ਹੁਣ ਆਪਾਂ ਇਹ ਚੀਜ਼ ਸ਼ੋਅ ਵੀ ਨਹੀਂ ਕਰਦੇ, ਹੁਣ ਬੰਦਾ ਸਟੋਰੀ ਪਾਉਂਦਾ ਫਨ ਸ਼ਨ ਦੀ, ਹੈ ਨਾ, ਆਪਾਂ ਟੈਨਸ਼ਨਾਂ ਦੀ ਭਾਂਡੇ ਤੋਂ ਹੁੰਦੀ ਆਪਾਂ ਸਟੋਰੀ ਨਹੀਂ ਪਾਉਂਦੇ, ਹੈ ਨਾ। ਮੈਂ ਵੀ ਦੱਸ ਦਿੰਦਾ, ਚਲੋ ਉਹ ਵੀ ਪਾ ਦਾਂਗੇ ਨਾ, ਉਹਨੂੰ ਕਹਿਣਾ ਸੀ ਲੈ ਇੰਨਾ ਰੋ ਰਹੇ ਹੋ ਤਾਂ ਫਿਰ ਲੈਣ ਕੀ ਗਏ ਸੀ, ਘਰੇ ਬਹਿ ਜਾਣੇ, ਉਹ ਥੱਲੇ ਕਮੈਂਟ ਵੀ ਆਉਂਦੇ ਨੇ, ਕਮੈਂਟ ਆਉਂਦੇ, ਸਹੀ ਗੱਲ, ਦੋਵੇਂ ਪਾਸੇ ਦੰਦੇ ਨੇ ਵੀਰੇ, ਜੁੜੇ ਹੋਏ ਨੇ, ਸਹੀ ਗੱਲ, ਹਾਂ, ਠੀਕ ਹੈ, ਕਿਸੇ ਪਾਸੇ ਨਹੀਂ ਮਾਣ ਹੈਗੇ, ਠੀਕ ਹੈ, ਪਾਤੀ ਇੱਕ ਵਾਰੀ ਸਟੋਰੀ ਪਾਤੀ, ਜਿੱਦਾਂ ਮੰਨ ਲੈ ਹੁਣ ਬੰਦਾ ਆ ਵੀ ਰਿਹਾ 1.5 ਸਾਲ ਹੋਇਆ ਇਹਨੂੰ, ਅਗਲਾ ਜੇ 2-3 ਜੋਬਾਂ ਕਰਦਾ ਸੀ ਤਾਂ ਸਾਲ ਬਾਅਦ ਘਰੇ ਵੀ ਜਾਇਆ, ਅਤੇ ਫਿਰ ਉੱਥੇ ਜਦੋਂ ਇੰਡੀਆ ਜਾਂਦੇ ਆ ਸ਼ਰੀਕਾਂ ਨੂੰ ਦੇਖਦੇ ਨੇ ਆਈਫੋਨ ਆਏ ਆ, ਆਈਫੋਨ ਕਿੱਥੋਂ ਆਏ ਆ, ਕਿੱਦਾਂ ਆਏ ਨੇ, ਹੁਣ ਸਾਡੇ 'ਚ ਕੋਈ ਬਲੈਕ ਨਹੀਂ ਕਰਦਾ ਵੀਰੇ, ਹੈ ਨਾ, ਨਾ ਹੀ ਸਹੀ ਕਰਨ ਦਿੰਦੇ ਆ, ਸਹੀ ਗੱਲ, ਅਤੇ
ਆਪਣੇ ਘਰ ਦਾ ਪਤਾ ਨਹੀਂ, ਗਵਾਂਢੀਆਂ ਦਾ ਪਤਾ ਹੁੰਦਾ ਵੀ ਇੱਧਰ ਇਹਦੀ ਕਿਹੜੀ ਦਾਲ ਬਣੀ ਆ। ਆ ਚੀਜ਼ ਇੱਥੇ ਬੰਦੇ ਨੂੰ ਗਵਾਂਢੀ ਦਾ ਨਹੀਂ ਪਤਾ ਹਨਾ, ਆਪਾਂ ਸਾਰੇ ਆਪਣੇ ਕੰਮ 'ਚ ਬਿਜ਼ੀ ਹਾਂ ਹਨਾ। ਬਟ ਠੀਕ ਆ, ਦੋ ਚਾਰ ਖਾਸ ਯਾਰ ਬਣਾਏ ਹੋਣ ਤੇ ਆਸਟ੍ਰੇਲੀਆ ਵਰਗੀ ਰੀਸ ਨਹੀਂ ਹੈਗੀ। ਤੇ ਇੱਕ ਲਾਸਟ ਕੁਐਸਚਨ ਤੁਹਾਨੂੰ ਕਰਦੇ ਹਾਂ, ਠੀਕ ਆ, ਸੋ ਹਿੰਦੀ 'ਚ ਕਰਨਾ, ਹਿੰਦੀ 'ਚ ਕਰ ਲਓ। ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਮਤਲਬ ਤੁਹਾਨੂੰ 3 ਸਾਲ ਹੋ ਗਏ ਨੇ, ਤੁਹਾਨੂੰ ਸਾਲ ਹੋਇਆ ਹੈ ਨਾ ਬਈ, ਕਿਉਂਕਿ ਜਦੋਂ ਬੰਦਾ ਆਪਾਂ ਨਵਾਂ ਸਾਲ ਜਿਹੜਾ ਪਹਿਲਾਂ 6 ਮਹੀਨੇ ਬਹੁਤ ਔਖੇ ਲੰਘਦੇ ਨੇ ਹਨਾ, ਕੰਮ ਟੈਨਸ਼ਨ ਆ, ਜੋਬਾਂ ਕਾਰਾਂ ਕੂਰਾਂ ਨਾ, ਦਾਂ ਗੱਡੀ ਗੁੱਡੀ ਦੀ ਟੈਨਸ਼ਨ ਆ, ਤੁਹਾਡਾ ਕੀ ਮਤਲਬ ਰਿਹਾ ਐਕਸਪੀਰੀਅੰਸ? ਮਤਲਬ ਐਕਸਪੀਰੀਅੰਸ ਵਾਈਜ਼ ਤਾਂ ਵਧੀਆ ਰਿਹਾ ਕਿ ਮਤਲਬ ਚਲੋ ਸਟਰਗਲ ਹੈਗੀ ਹੈ, ਪਰ ਸਟਰਗਲ ਇਹ ਹੈ ਕਿ ਸਟਰਗਲ ਕਰਨ ਦਾ ਐਂਡ ਮੁੱਲ ਤਾਂ ਪੈਂਦਾ ਹੀ ਹੈ। ਹੁਣ ਇੱਥੇ ਆਏ ਹਾਂ ਆਪਾਂ, ਐਡਾ ਵਧੀਆ ਰਹਿ ਰਹੇ, ਇੰਡੀਆ 'ਚ ਨੌਕਰੀ ਕਰਦੇ ਹੁੰਦੇ ਤਾਂ ਕਿੱਥੇ ਲੱਗਣਾ। ਸਭ ਤੋਂ ਵੱਡੀ ਤੁਹਾਨੂੰ ਪ੍ਰੋਬਲਮ ਅੱਜ ਤੱਕ ਕਿਹੜੀ ਹੈ ਜੋ ਤੁਹਾਨੂੰ ਲੱਗਾ ਵੀ ਯਾਰ ਹਾਂ ਸਭ ਤੋਂ ਵੱਡੀ ਆ ਗਈ? 3 ਸਾਲ ਪਹਿਲਾਂ ਜਿਸ ਟਾਈਮ ਆਇਆ ਸੀ, ਉਸ ਟਾਈਮ ਕਰੋਨਾ ਟਾਈਮ 'ਤੇ ਆਇਆ ਸੀ, ਉਸ ਟਾਈਮ ਕੁਛ ਨਹੀਂ, ਕੋਈ ਸਾਧਨ ਸੀਗਾ, ਪਰ ਐਟਲੀਸਟ ਇੱਥੇ ਆ ਕੇ ਕੰਮ ਕੀਤਾ, ਆਪਣੇ ਪੈਰਾਂ 'ਤੇ ਸਟੈਂਡ ਹੋਏ, ਘੱਟੋ ਘੱਟ ਇਹ ਤਾਂ ਹੁਣ ਆਪਾਂ ਕੋਈ ਵੀ ਚੀਜ਼ ਕੱਪੜਾ ਪਾਉਣਾ ਸੁੱਖ ਨਾਲ ਆਪਣੇ ਪੈਰ ਨਾਲ, ਇਹ ਚੀਜ਼ ਤਾਂ ਹੈ ਬੰਦਾ ਆਪਣੇ ਪੈਰ ਨਾਲ ਸੋਚ ਤੇ ਨਹੀਂ ਲੈ ਸਕਦੇ ਨਾ। ਆਈਫੋਨ ਲੈ ਰਹੇ ਆਪਾਂ, ਇਹ ਸਾਨੂੰ ਪਤਾ ਸੀ ਕਿੱਦਾਂ ਅਫੋਰਡ ਕੀਤੇ ਆ, ਇੰਡੀਆ ਨਹੀਂ ਪਤਾ ਕਿਸੇ ਨੂੰ ਕਿੱਦਾਂ ਅਫੋਰਡ ਕੀਤੇ। ਮੈਂ ਇੱਕ ਗੱਲ ਇੱਥੇ ਕਹੂੰਗਾ ਕਿ ਪਤਾ ਕੀ ਮੈਟਰ ਕਰਦਾ ਕਿ ਪਹਿਲਾਂ ਜੋ ਤੁਸੀਂ ਨਵੇਂ ਆਏ ਹੋ, ਕਈ ਵਾਰੀ ਬੰਦੇ ਨੂੰ ਬਈ ਸਹੀ ਗਾਈਡੈਂਸ ਮਿਲ ਜਾਂਦੀ ਤੇ ਉਹ ਬੜੀ ਲੱਕੀ ਚੀਜ਼ ਹੈ ਕਿ ਤੁਹਾਨੂੰ ਗਾਈਡੈਂਸ ਮਿਲ ਜੇ। ਹੁਣ ਮੈਂ ਆਇਆ ਸੀ, ਮੈਨੂੰ ਠੋਕਰ ਪਈ ਹੋਈ ਹੈ ਤਾਂ ਮੈਂ ਸਿੱਖਿਆ, ਮੈਂ ਉੱਥੋਂ ਸਿੱਖਿਆ, ਮੈਂ ਆਮ ਲੱਕੀ ਕਿ ਮੈਨੂੰ ਠੋਕਰ ਵੀ ਪਈ ਆ, ਨਹੀਂ ਤਾਂ ਸ਼ਾਇਦ ਮੈਂ ਇੱਥੇ ਨਾ ਹੁੰਦਾ। ਤੁਸੀਂ ਮੰਨਦੇ ਹੋ ਗੱਲ ਕਿ ਬੰਦਾ ਠੋਕਰ ਖਾ ਕੇ ਬਣਾ ਸਕਦਾ ਨਹੀਂਗਾ? ਹੁਣ ਇੱਥੇ ਪਿੱਛੇ ਇੱਕ ਮੁੰਡਾ ਮਿਲਿਆ, ਉਹਨੂੰ ਆਏ ਨੂੰ 9 ਮਹੀਨੇ ਹੋਏ ਨੇ, ਠੀਕ ਹੈ, ਉਹ ਹੁਣ ਉਹਨੂੰ ਪੁੱਛਿਆ ਬਾਈ ਦੀ ਆਟੋਮੋਟਿਵ ਪੜ੍ਹਾਈ ਹੈ, ਮੇਰੀ ਖੁਦ ਆਟੋਮੋਟਿਵ ਮੈਂ ਕਰ ਰਿਹਾ ਜੋਬ ਰੈਡੀ ਹੈ ਨਾ, ਅਤੇ ਉਹਨੂੰ ਮੈਨੂੰ ਵੀ 6 ਸਾਲ ਹੋ ਗਏ ਨੇ, ਉਹਨੂੰ ਆਏ ਨੂੰ 9 ਮਹੀਨੇ ਹੋਏ ਨੇ। ਮੈਂ ਕਿਹਾ ਬਾਈ ਕੀ ਕੰਮ ਕਰਦਾ? ਕਹਿੰਦਾ ਟਰੱਕ ਚਲਾ ਰਿਹਾ। ਮੈਂ ਕਿਹਾ ਚਲੋ ਸਹੀ ਹੈ, ਵਧੀਆ ਗੱਲ ਹੈ ਨਾ। ਕਹਿੰਦਾ ਮੈਂ ਕਿਹਾ ਪੀ ਆਰ ਦਾ ਕੁਛ? ਕਹਿੰਦਾ ਸੋਚਾਂਗੇ ਹਜੇ ਤਾਂ, ਵੀ ਟਾਈਮ ਹੈਗਾ ਵੀ ਹਜੇ। ਉਹ ਵੀ ਗੱਲ ਠੀਕ ਹੈ, ਕਈ ਵਾਰ ਬੰਦਾ ਹੁੰਦਾ ਲੋਨ ਲੈ ਕੇ ਆਇਆ ਹੁੰਦਾ ਨਾ, ਉਹ ਚੀਜ਼ਾਂ ਵੀ ਹੁੰਦੀਆਂ ਮੈਨੂੰ, ਕਿਤੇ ਨਾ ਕਿਤੇ ਪੀ ਆਰ ਆਪਾਂ ਔਖੀ ਮੰਨਦੇ ਹਾਂ, ਕੈਨੇਡਾ ਨਾਲ ਔਖੀ ਆ, ਕਿਤੇ ਨਾ ਕਿਤੇ ਆਪਣੀ ਗਲਤੀ ਵੀ। ਹੁਣ ਜਿਵੇਂ ਉਹ ਪੜ੍ਹਾਈ ਕਰ ਰਿਹਾ, ਕੰਮ ਨਹੀਂ ਕਰ ਰਿਹਾ, ਐਂਡ ਤੇ ਪ੍ਰੋਬਲਮ ਆਉਣੀ ਹੈ। ਮੈਂ ਆਪਣਾ 1.5 ਸਾਲ ਖਰਾਬ ਕੀਤਾ ਹੈ, ਮੈਂ ਕਹਿ ਰਿਹਾ ਹਾਂ, ਮੈਂ ਉਹ 1.5 ਸਾਲ 'ਚ ਠੋਕਰ ਖਾਧੀ ਸੀ, ਹੁਣ ਸਿੱਧੇ ਟਰੈਕ 'ਤੇ ਆ ਗਿਆ, ਹੁਣ ਪ੍ਰੋਫੈਸ਼ਨਲ ਜੋਬ ਆਪਣੀ ਕਰ ਰਿਹਾ, ਫੀਲਡ 'ਚ ਕਰ ਰਿਹਾ, ਠੀਕ ਹੈ। ਹੁਣ ਪਤਾ ਕਿ ਉਹਨਾਂ ਨੇ ਟਰੱਕ ਚੱਲਦੇ ਨਹੀਂ ਵੇਖਣੇ, ਇਹਨਾਂ ਡਾਲਰ ਅਕਾਊਂਟ 'ਚ ਨਹੀਂ ਵੇਖਣੇ ਹੈਗੇ, ਉਹਨਾਂ ਨੂੰ ਤੁਹਾਡਾ ਪ੍ਰੋਫੈਸ਼ਨ ਚੈੱਕ ਕਰਨਾ ਕਿਹੜਾ ਆ। ਸਹੀ ਗੱਲ ਆ, ਠੀਕ ਹੈ, ਆਉਂਦਿਆਂ ਦੇ ਹੋਇਆ ਸੀ ਕਿ ਯਾਰ ਆਹ ਕਰ ਦਾਂਗੇ, ਉਹ ਕਰ ਦਾਂਗੇ ਪਿੱਛੋਂ ਇੱਦਾਂ, ਬਟ ਫਿਰ ਜਦੋਂ ਦੇਖਿਆ ਵੀ ਇਹਨਾਂ ਨੇ ਇੱਦਾਂ ਪੂਰੀ ਨਹੀਂ ਪੈਣ ਦੇਣੀ ਹੈਗੀ ਪੀ ਆਰ ਵਾਲੇ ਮਾਮਲੇ 'ਚ, ਤਾਂ ਫਿਰ ਹੁਣ ਉਸ ਪਾਸੇ ਆ ਗਏ। ਬਿਲਕੁਲ ਸਹੀ ਹੈ ਵੀਰੇ, ਬਹੁਤ ਧੰਨਵਾਦ ਤੁਹਾਡਾ ਗੱਲ ਕਰਕੇ, ਬਹੁਤ ਵਧੀਆ ਲੱਗਾ, ਥੈਂਕ ਯੂ ਸੋ ਮਚ, ਧੰਨਵਾਦ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਨਮੋਲ ਢਿੱਲੋਂ। ਓਕੇ, ਤੇ ਹੁਣ ਮਤਲਬ ਆਪਾਂ ਤੁਹਾਨੂੰ ਇੱਥੇ ਆਇਆ ਨੂੰ ਕੈਨੇਡਾ ਹੋ ਗਿਆ, ਆਸਟ੍ਰੇਲੀਆ ਆਇਆ ਨੂੰ, ਕਿਹੜੀ ਜਗ੍ਹਾ ਤੋਂ ਹੁੰਦੀ ਆ? ਮੈਨੂੰ ਅਰਾਊਂਡ 9 ਮੰਥ ਹੋ ਗਿਆ, 9-10 ਹਾਂਜੀ, ਤੇ ਮੈਂ ਪਟਿਆਲੇ ਤੋਂ। ਪਟਿਆਲੇ ਤੋਂ ਤੁਹਾਨੂੰ ਕੀ ਡਿਫਰੈਂਸ ਲੱਗਾ, ਮਤਲਬ ਲੈਟਸ ਸੇ ਕਿ ਬੰਦਾ ਆਉਂਦਾ ਇੰਡੀਆ ਤੋਂ ਹੈ ਨਾ, ਇੱਥੇ ਤੁਹਾਨੂੰ ਪਤਾ ਵੀ ਸਟਾਰਟਿੰਗ ਜਿਹੜੀ ਹੁੰਦੀ ਹੈ ਬਹੁਤ ਹਾਰਡ ਹੁੰਦੀ ਹੈ ਨਾ, ਕੀ ਤੁਹਾਨੂੰ ਡਿਫਰੈਂਸ ਲੱਗਾ, ਮਤਲਬ ਵਧੀਆ ਜਾਂ ਕਿਹਦਾ ਫਰਕ ਲੱਗਾ, ਪੈਸਿਆਂ ਦਾ ਜਾਂ ਹੋਰ ਕੋਈ ਫਰਕ? ਭਾਜੀ ਇੱਦਾਂ ਆ ਵੀ ਜਿੱਦਾਂ ਇੰਡੀਆ ਵਿਹਲੇ ਰਹਿੰਦੇ ਸੀ ਹੈ ਨਾ, ਠੀਕ ਹੈ, ਤੇ ਘੁੰਮਣ ਫਿਰਨ ਦੇ ਜ਼ੋਰ ਕੰਮ ਨਹੀਂ ਸੀ ਕੀਤਾ, ਇੱਥੇ ਆ ਕੇ ਕੰਮ ਕਰਨਾ ਪੈਂਦਾ, ਕੰਮ ਕਰਨਾ ਪੈਂਦਾ, ਤੇ ਬਟ ਜਿਵੇਂ ਜਿਵੇਂ ਮਤਲਬ ਪੇ ਆਉਂਦੀ ਆ ਬੰਦੇ ਨੂੰ ਉਦਾਂ ਉਦਾਂ ਵਧੀਆ ਲੱਗਦਾ ਹੈ ਨਾ, ਲੱਗਦਾ, ਤੇ ਉਹ ਬੰਦਾ ਯੂਜ਼ ਟੂ ਹੋ ਜਾਂਦਾ ਕੰਮ। ਬਿਲਕੁਲ, ਜੋਬ ਕੀ ਕਰਦੇ ਹੋ? ਜੋਬ ਮੈਂ ਟਰੱਕ 'ਚ। ਓਕੇ, ਚਲੋ ਫਿਰ ਤਾਂ ਵਧੀਆ, ਦੇਖੋ ਤੁਸੀਂ 9 ਮਹੀਨੇ ਹੋਇਆ ਤੁਹਾਨੂੰ ਆਇਆ ਨੂੰ, ਹਾਂਜੀ, ਠੀਕ ਹੈ, 9 ਮਹੀਨੇ 'ਚ ਤੁਸੀਂ ਟਰੱਕ 'ਚ ਲਾਇਆ, ਮਤਲਬ ਵਧੀਆ ਰਸਤੇ 'ਤੇ ਪਏ ਆ, ਅਤੇ ਬਾਕੀ ਪੀ ਆਰ ਸੀ ਆਰ ਦਾ ਇੱਦਾਂ ਸਟੱਡੀ ਸਟੂਡੀ ਸਾਰੀ ਠੀਕ ਆ, ਵਧੀਆ ਵਾ ਕੰਮ ਕਰ? ਹਾਂਜੀ, ਮੈਂ ਆਟੋਮੋਟਿਵ ਕਰਦਾ ਪਿਆ ਨਾਲ। ਓਕੇ, ਅਤੇ ਬਾਕੀ ਹਜੇ ਥੋੜ੍ਹਾ ਸੋਚਿਆ ਨਹੀਂ ਪੀ ਆਰ ਬਾਰੇ, ਚਲੋ ਅੱਗੇ ਵੇਖੀ ਜਾਏਗੀ। ਨਹੀਂ ਬਿਲਕੁਲ ਬਿਲਕੁਲ, ਹਾਂ ਬਿਲਕੁਲ, ਕਿਉਂਕਿ ਪੈਸੇ ਵੀ ਜ਼ਰੂਰੀ ਆ ਨਾ, ਨਾਲ ਬੰਦਾ ਮੈਨੇਜ ਕਰ ਲਵੇ। ਬਿਲਕੁਲ ਸਹੀ ਆ, ਅਤੇ ਹੋਰ ਜਿਵੇਂ ਹੁਣ ਲੈਟਸ ਸੇ ਕਿ ਬੰਦਾ ਇੱਥੇ ਆਉਂਦਾ ਵਾ ਹੈ ਨਾ, ਤੁਸੀਂ ਇੰਡੀਆ ਤੋਂ ਆਏ ਆ, ਚਲੋ ਠੀਕ ਆ, ਵਧੀਆ ਆਪਾਂ ਕੰਮ ਕਰਦੇ ਹਾਂ, ਪੈਸੇ ਕਮਾਉਂਦੇ ਹਾਂ, ਉਹ ਚੀਜ਼ ਇੱਕ ਸਾਈਡ ਹੋ ਗਈ, ਕੋਈ ਰੀਗਰੈਟ ਹੈਗਾ ਵੀ ਜਾਂ ਮੈਂ ਕਾਹਤੋਂ ਆਉਂਦਾ ਵੀ ਨਾ ਆਉਂਦਾ ਮੈਂ, ਜਾਂ ਮੈਂ ਪਹਿਲਾਂ ਆ ਜਾਂਦਾ? ਪਲੱਸ ਟੂ ਕਰਕੇ ਆਇਆ ਕਿ ਪੜ੍ਹਾਈ ਕਰਕੇ? ਮੈਂ ਪਲੱਸ ਟੂ ਕਰਕੇ ਆਇਆ, ਉਦੋਂ ਬਾਅਦ ਲੱਗਾ 6 ਸਾਲ ਕਾਲਜ, ਬਟ ਮੇਰਾ ਵੀਜ਼ਾ ਆ ਗਿਆ ਸੀ ਉਦੋਂ। ਵੀਜ਼ਾ ਆ ਗਿਆ, ਚਲੋ ਵਧੀਆ। ਕਿਸੇ ਨੂੰ ਜੇ ਹੁਣ ਕੋਈ ਬੰਦਾ ਇੰਡੀਆ ਤੋਂ ਵੀਡੀਓ ਦੇਖ ਰਿਹਾ, ਉਹਦੇ ਲਈ ਕੋਈ ਮੈਸੇਜ, ਮਤਲਬ ਉੱਥੇ ਵਿਹਲਾ ਬੈਠਾ ਵਾ ਵੀਜ਼ਾ ਅਪਲਾਈ ਕਰਦਾ, ਕੋਈ ਸੰਦੇਸ਼ ਵੀ ਹਾਂ ਕੰਮ ਕਰ ਲਿਆ ਆਪਣਾ ਸਿੱਖ ਲਿਆ ਜਾਂ ਇੱਦਾਂ ਕੁਛ? ਸੰਦੇਸ਼ ਵੀ ਰਹੀ ਆ ਵੀ ਉੱਥੇ ਘੁੰਮ ਘੁੰਮ ਕੇ ਕੋਈ ਫਾਇਦਾ ਨਹੀਂ ਹੈਗਾ, ਇੱਥੇ ਆਓ, ਵਧੀਆ ਪੈਸਾ ਕਮਾਓ ਹੈ ਨਾ, ਥੋੜ੍ਹਾ ਟਾਈਮ ਔਖਾ ਲੱਗੇਗਾ, ਬਟ ਬੰਦਾ ਫਿਰ ਉਦੋਂ ਬਾਅਦ ਯੂਜ਼ ਟੂ ਹੋ ਜਾਂਦਾ, ਕੰਮ ਕਰਦਾ, ਜਿਵੇਂ ਜਿਵੇਂ ਪੇ ਆਉਂਦੀ ਆ ਤਾਂ ਵਧੀਆ ਫੀਲ ਹੁੰਦਾ। ਬਿਲਕੁਲ, ਇਹ ਚੀਜ਼ ਹੈ ਕਿ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਯੂਜ਼ ਟੂ ਹੋ ਜਾਂਦੇ ਚੀਜ਼ ਹੈ ਨਾ, ਫਿਰ ਬੰਦੇ ਨੂੰ ਈਜ਼ੀ ਹੋ ਜਾਂਦਾ, ਪੇ ਆ ਜਾਂਦੀ ਹੈ ਨਾ, ਬੰਦਾ ਮਤਲਬ ਕੰਮ ਕੁੰਮ ਕਰਦਾ ਰਹਿੰਦਾ। ਬਾਕੀ ਐਜ਼ ਕੰਪੇਅਰ ਟੂ ਕੈਨੇਡਾ, ਮੇਰੇ ਉੱਥੇ ਵੀ ਹੈਗੇ ਆ ਫਰੈਂਡ ਵਗੈਰਾ ਹੈ ਨਾ, ਹਾਂਜੀ, ਉੱਥੋਂ ਨਾਲੋਂ ਇੱਥੇ ਮੈਂ ਸੋਚਦਾ ਵੀ ਵਧੀਆ। ਬਿਲਕੁਲ, ਵੀ ਇੱਕ ਫਰਕ ਜਿਹੜਾ ਮੇਨ ਆ ਕਿ ਚਲੋ ਇੱਥੇ